ਖਹਿਰਾ ਸਾਹਿਬ ਦੀ ਜਿਹੜੀ ਜ਼ਮੀਰ ਆ ਉਹ ਜਾਗਦੀ ਹੈ ਕਿ ਨਹੀਂ ਜਾਗਦੀ। ਸੋ ਉਹਨਾਂ ਦੀ ਜ਼ਮੀਰ ਨਹੀਂ ਜਾਗੀ। ਸੁਖਪਾਲ ਖਹਿਰਾ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਸੁਖਪਾਲ ਖਹਿਰਾ ਦੀ ਵਿਧਾਇਕ ਦੀ ਕੁਰਸੀ ਖੋਣ ਤੇ ਲੱਗੇ ਹੋਏ ਨੇ। ਜੀ ਹਾਂ, ਤਾਜ਼ੀ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ, ਜਿੱਥੇ ਆਮ ਆਦਮੀ ਪਾਰਟੀ ਤੋਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੁਝ ਹੋਰ ਲੀਡਰਾਂ ਸਮੇਤ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਨੂੰ ਮਿਲੇ ਨੇ। ਉਹਨਾਂ ਨੇ ਰਾਣਾ ਕੇਪੀ ਤੋਂ ਮੰਗ ਕੀਤੀ ਹੈ ਕਿ ਸੁਖਪਾਲ ਖਹਿਰਾ ਦੀ MLA ਸ਼ਿਪ ਵੀ ਰੱਦ ਕੀਤੀ ਜਾਵੇ। ਦੇਖੋ, ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀਗਾ ਔਰ ਨੈਤਿਕ ਤੌਰ 'ਤੇ ਉਹਨਾਂ ਨੂੰ ਇਸ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਸੀ, ਕਿਉਂਕਿ ਐਂਟੀ ਡਿਫੈਕਸ਼ਨ ਲਾ ਸ਼ਡਿਊਲ 10 ਇਹ ਕਹਿੰਦਾ ਵੀ ਜਿਹੜਾ ਵਿਅਕਤੀ ਪਾਰਟੀ ਛੱਡ ਦਿੰਦਾ, ਜੇਕਰ ਉਹ MLA ਜਾਂ MP ਜਾਂ ਰਾਜ ਸਭਾ ਮੈਂਬਰ ਆ, ਤਾਂ ਉਹਦੀ ਜਿਹੜੀ ਉਹ ਮੈਂਬਰਸ਼ਿਪ ਆ ਉਹ ਵੀ ਰੱਦ ਹੋਣੀ ਚਾਹੀਦੀ ਆ। ਸੋ ਅਸੀਂ ਦੇਖਿਆ ਵੀ 8-10 ਦਿਨ ਅਸੀਂ ਦੇਖਿਆ ਵੀ ਖਹਿਰਾ ਸਾਹਿਬ ਦੀ ਜਿਹੜੀ ਜ਼ਮੀਰ ਆ ਉਹ ਜਾਗਦੀ ਹੈ ਕਿ ਨਹੀਂ ਜਾਗਦੀ। ਸੋ ਉਹਨਾਂ ਦੀ ਜ਼ਮੀਰ ਨਹੀਂ ਜਾਗੀ, ਸੋ ਅੱਜ ਅਸੀਂ ਮਜਬੂਰ ਹੋ ਕੇ ਸਪੀਕਰ ਸਾਹਿਬ ਕੋਲ ਆਇਆਂਗੇ ਕਿ ਉਹਨਾਂ ਦੀ ਜ਼ਮੀਰ ਜਗਾਈ ਜਾਵੇ ਅਤੇ ਉਹਨਾਂ ਦੀ ਮੈਂਬਰਸ਼ਿਪ ਖਤਮ ਕੀਤੀ ਜਾਵੇ। ਸਪੀਕਰ ਸਾਹਿਬ ਨੇ ਕਿਹਾ ਵੀ ਮੈਂ ਸਾਰੇ ਕੰਟੈਂਟ ਪੜ੍ਹ ਕੇ ਬੜੀ ਜਲਦੀ ਫੈਸਲਾ ਲਵਾਂਗੇ ਇਸ 'ਤੇ। ਇਸ ਮੌਕੇ ਹਰਪਾਲ ਸਿੰਘ ਚੀਮਾ ਵੱਲੋਂ ਮਾਸਟਰ ਬਲਦੇਵ ਸਿੰਘ 'ਤੇ ਵੀ ਬਿਆਨ ਦਿੱਤਾ ਗਿਆ। ਮਾਸਟਰ ਜੀ ਦਾ ਅਸਤੀਫਾ ਜਿਹੜਾ ਹੈਗਾ ਉਹ ਅੱਜ ਹਜੇ ਤੱਕ ਸਾਡੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਕੋਲ ਨਹੀਂ ਪਹੁੰਚਿਆ। ਜਦੋਂ ਅਸਤੀਫਾ ਆਜੂਗਾ ਉਸ ਤੋਂ ਬਾਅਦ ਸਾਡੀ ਜਿਹੜੀ ਕੋਰ ਕਮੇਟੀ ਆ ਉਹ 'ਤੇ ਵਿਚਾਰ ਕਰਕੇ ਫੈਸਲਾ ਲਊਗੀ। ਦੇਖੋ, ਪਾਰਟੀਆਂ 'ਚ ਅਜਿਹੇ ਕ੍ਰਾਈਸਿਸ ਆਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ, ਪਰ ਆਮ ਆਦਮੀ ਪਾਰਟੀ ਲੋਕਾਂ 'ਚ ਮਜ਼ਬੂਤ ਆ, ਲੋਕਾਂ ਜਾ ਰਹੀ ਆ ਆਮ ਆਦਮੀ ਪਾਰਟੀ। ਜੇਕਰ ਤੁਹਾਨੂੰ ਲੱਗਦਾ ਵੀ ਐਡਾ ਵੱਡਾ ਕ੍ਰਾਈਸਿਸ ਆ, ਤਾਂ ਅਸੀਂ ਬਹੁਤ ਵੱਡੀ ਜਿਹੜੀ ਰੈਲੀ ਆ ਬਰਨਾਲੇ 'ਚ ਪ੍ਰਲਾਨ ਕੀਤੀ 20 ਤਰੀਕ ਦੀ। ਸੋ ਆਮ ਆਦਮੀ ਪਾਰਟੀ ਬਿਲਕੁਲ ਮਜ਼ਬੂਤ ਆ। ਦੇਖੋ, ਮਾਸਟਰ ਬਲਦੇਵ ਸਿੰਘ ਦਾ ਅਸਤੀਫਾ ਅੱਜ ਆਇਆ ਗਾ, ਤੁਹਾਡੇ ਜ਼ਰੀਏ ਪਤਾ ਲੱਗ ਗਿਆ ਗਾ। ਜਦੋਂ ਸਾਡੇ ਕੋਲ ਆਫੀਸ਼ੀਅਲੀ ਆਜੂਗੀ ਉਹਦੀ ਕਾਪੀ, ਉਸ ਤੋਂ ਬਾਅਦ ਸਾਡੀ ਕੋਰ ਕਮੇਟੀ ਫੈਸਲਾ ਲਊਗੀ। ਗੱਲਬਾਤ ਦੌਰਾਨ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਨੇ ਕਿਹਾ ਕਿ ਦੋਵੇਂ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅੱਜ ਆਮ ਆਦਮੀ ਪਾਰਟੀ ਦੇ ਲੀਡਰ ਆਫ ਦਾ ਅਪੋਜੀਸ਼ਨ ਨੇ ਆ ਕੇ ਮੈਨੂੰ ਰੀਪ੍ਰਜੈਂਟੇਸ਼ਨ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਉਂਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਜਿਸ ਪਾਰਟੀ ਦੇ ਚੋਣ ਨਿਸ਼ਾਨ 'ਤੇ ਜਿੱਤ ਕੇ ਆਏ ਸੀ, ਉਹਨਾਂ ਨੇ ਉਹ ਤੋਂ ਅਸਤੀਫਾ ਦੇ ਦਿੱਤਾ ਉਹਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ, ਕਿ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਡਿਸਕੁਆਲੀਫਾਈ ਹੋਣਾ ਚਾਹੀਦਾ ਉਹਨਾਂ ਨੂੰ। ਸੋ ਇਹਦੇ 'ਤੇ ਵਿਚਾਰ ਕਰਾਂਗੇ ਅਸੀਂ। ਬਿਲਕੁਲ ਖਹਿਰਾ ਜੀ ਨੂੰ ਬਿਲਕੁਲ ਸੁਣਿਆ ਜਾਏਗਾ, ਇਨਸਾਫ ਦਾ ਇਤਕਾਜ਼ਾ ਦੋਨਾਂ ਧਿਰਾਂ ਨੂੰ ਸੁਣ ਕੇ ਹੀ ਫੈਸਲਾ ਹੋਏਗਾ। ਸੋ ਹੁਣ ਵੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਕੀ ਸੁਖਪਾਲ ਖਹਿਰਾ ਤੋਂ ਉਹਨਾਂ ਦੇ MLA ਦੀ ਕੁਰਸੀ ਖੋ ਪਾਉਂਦੀ ਹੈ ਜਾਂ ਫਿਰ ਨਹੀਂ। ਜੇਕਰ ਸੁਖਪਾਲ ਖਹਿਰਾ ਦੀ MLA ਸ਼ਿਪ ਰੱਦ ਕਰਵਾਈ ਜਾਂਦੀ ਹੈ ਤਾਂ ਹੋ ਸਕਦਾ ਹੈ ਸੁਖਪਾਲ ਖਹਿਰਾ ਦੇ ਪੱਖ ਦੇ ਬਾਕੀ ਦੇ MLA ਵੀ MLA ਸ਼ਿਪ ਤੋਂ ਅਸਤੀਫਾ ਦੇ ਦੇਣ। ਜੇਕਰ ਅਜਿਹਾ ਹੁੰਦਾ ਤਾਂ ਜ਼ਿਮਨੀ ਚੋਣਾਂ ਹੋਣ ਦੀ ਸੰਭਾਵਨਾ ਵੀ ਜਿਤਾਈ ਜਾ ਸਕਦੀ ਹੈ ਅਤੇ ਵਿਰੋਧੀ ਧਿਰ ਦਾ ਅਹੁਦਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਸਕਦਾ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।